सांधना पिंड दे विच जिहड़ी आ सर्वसंमति दे नाल सरपंच ते पंच चुनिया गया और कई पिंडां दे विच इह तस्वीरां निकल के सर्वसंमति दीआं सामने आईआं सी और इह पिंड दे सरपंच चुने गए ने और इसे तरीके नाल पूरी टीम जिहड़ी आ उहनां दी चुनी गई है। की कहना चाहुंदे हो जी सर्वसंमति दे नाल एक ना पासे जिहड़ी वक्खरी पिक्चर पेश हो जांदी है जदों सर्वसंमति दे नाल जिहड़ा पिंड दी पंचायत जिहड़ी चुन लिती जांदी है और की तुहाडा नाम है और की कहना चाहुंदे हो? मेरा नाम जसपाल सिंह हलका खेमकरन सरदार सरवन सिंह धुन MLA साहब साढ़े जी उन्हें साढ़े नगर च सहमति कराई है संमति कराई है जी MLA साहब ने सारे नगर संमति कराउंदा है जी। उन्हों का तो यो उद्देश है जी पिंडां दे विच लड़ाइया झगड़े खर्चे ना हो जी वो तो सारे आपके हल्के यो गल कहें जी भी सरसंमति करो जी कुछ पिंड 10 जो हल्के जिन्हों के संमति नहीं हो पाई जी उत्थे इलैक्शन होना बाकी तो उन्होंने MLA साहब ने बहुत जोर दे के सारे संमतियां कराउंदा है जी। वो कहिंदे भी पिंडां दे विच खर्चा जाड़ा ना हो जी ये MLA साहब ते असीं धन्नवादी हाँ जिन्होंने साडे नगर च सहमति कराई है जी सारे नगर के इकट्ठ नाल ही संमति की है जी। बिल्कुल जी गल कर लीए तो किस तरीके नाल देखदे हो किहड़े विकास के काम ने जिहड़े नहीं होए ने और इस तों पहलां भी अपने सहमति हुई सी पिंड दे विच जां इलैक्शन होई सी? इस तों पहलां भी जी सरसंमति हुई सी पिंड दे विच पिछली बार भी जी ऐतकी भी सरसंमति हुई है जी। पिंड दे मुद्दे जी सब तों पहलां तां असीं जी आपदे स्कूल दसवीं तक करवाउणा चाहुंदे जी ते अपने पंजवीं तक साडियां पिंड दीआं लड़कियां दूसरे पिंड दे विच पढ़न जाणा पैंदा साडा मुद्दा मेन इहो जी असीं स्कूल नूं अपने नूं दसवीं तक करवाईए जी। होर भी चलो छोटे मोटे मुद्दे आए आ जी करवावांगे सारा संजोग इहनां दे MLA साहब दे संजोग नाल असीं जो भी तनदेही नाल कम करांगे जी ਸਾਡਾ ਕੋਈ ਖਰਚਾ ਨਹੀਂ ਹੋਇਆ ਜੀ ਅਸੀਂ ਇੱਥੋਂ ਤੱਕ ਅਸੀਂ ਆਪਦੇ ਕੋਲੋਂ ਵੀ ਅਸੀਂ ਜੇਬ ਚੋਂ ਖਰਚਾ ਲਾਵਾਂਗੇ ਜੀ ਪਿੰਡ ਦਾ ਵਿਕਾਸ ਕਰਾਵਾਂਗੇ ਜੋ ਵੀ ਕਿਸੇ ਪਿੰਡ ਦੀ ਮੰਗ ਅਸੀਂ ਪੂਰੀ ਕਰਾਂਗੇ ਜੀ। ਬਿਲਕੁਲ ਪੰਜਾਬ 'ਚ ਵੱਖਰੀਆਂ ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਇੱਕ ਪਾਸੇ ਤੇ ਉਹ 2 ਕਰੋੜ ਦਾ ਸਰਪੰਚ ਵੀ ਬੋਲੀਆਂ ਦਿੱਤੀਆਂ ਜਾ ਰਹੀਆਂ ਨੇ ਸਰਪੰਚੀ ਇਲੈਕਸ਼ਨ ਦੇ ਵਿੱਚ ਖੜੇ ਹੋਣ ਨੂੰ ਵੀ ਅਸੀਂ 2 ਕਰੋੜ ਰੁਪਈਆ ਲਾਵਾਂਗੇ ਜਿਸ ਦੀਆਂ ਕਿਹੜੀ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਫਿਰ ਲੋਕਾਂ ਨੂੰ ਇਸ ਰਾਹ ਵੱਲ ਆਉਣਾ ਚਾਹੀਦਾ? ਨਹੀਂ ਜੀ ਤੁਹਾਨੂੰ ਤੁਸੀਂ ਵੀ ਸਿਆਣੇ ਤੁਹਾਨੂੰ ਪਤਾ ਵੀ ਇੰਨੇ ਇੰਨੇ ਖਰਚੇ ਲਾ ਕੇ ਸਰਪੰਚ ਆਪਦੇ ਕੋਲੋਂ ਫਿਰ ਉਹ ਤੁਹਾਨੂੰ ਪਤਾ ਫਿਰ ਨਹੀਂ ਵਿਕਾਸ ਨਹੀਂ ਪਿੰਡ ਦਾ ਹੁੰਦਾ ਜੀ 2-2 ਕਰੋੜ ਰੁਪਈਆ ਲਾ ਕੇ ਪਿੰਡ ਦਾ ਵਿਕਾਸ ਨਹੀਂ ਹੁੰਦਾ। ਇਹ ਬਹੁਤ ਵਧੀਆ ਐਰਕੀ ਸਰਕਾਰ ਨੇ ਜੀ ਫੈਸਲਾ ਲਿਆ ਜਿਹੜਿਆ ਸਰਸੰਮਤੀਆਂ ਪਿੰਡਾਂ ਦੇ ਵਿੱਚ ਕਰਾਈਆਂ ਜੀ ਬਹੁਤ ਵਧੀਆ ਗੱਲ ਵਾ ਜੀ ਸਰਸੰਮਤੀਆਂ ਕਰਾਉਣ ਦੀ ਕੋਈ ਖਰਚਾ ਨਹੀਂ ਹੁੰਦਾ ਜੀ ਸਾਡਾ ਕੋਈ ਖਰਚਾ ਨਹੀਂ ਹੋਇਆ ਅਸੀਂ ਇਸ ਤਰ੍ਹਾਂ ਸਰਸੰਮਤੀ ਨਾਲ ਸਰਪੰਚ ਚੁਣੇ ਗਏ ਹਾਂ ਜੀ। ਬਿਲਕੁਲ ਨਾਲ ਉਹਨਾਂ ਦੀ ਟੀਮ ਵੀ ਮੌਜੂਦ ਹੈ ਔਰ ਇਹ ਮੈਂਬਰ ਚੁਣੇ ਗਏ ਨੇ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਕੰਮ ਕਰੋਗੇ ਪਿੰਡ ਦੇ ਵਿੱਚ ਔਰ ਪਹਿਲਾਂ ਵੀ ਤੁਹਾਡੇ ਪਿੰਡ 'ਚ ਸਰਸੰਮਤੀ ਹੋਈ ਸੀ? ਹਾਂਜੀ ਪਿਛਲੇ ਸਾਲ ਵੀ ਸਰਸੰਮਤੀ ਹੋਈ ਸੀ ਉਹਨਾਂ ਬਹੁਤ ਕੰਮ ਕੀਤਾ ਜਿਹੜੇ ਉਹਨਾਂ ਤੋਂ ਬਾਕੀ ਬਚਦੇ ਆ ਸਿੱਖਿਆ ਦਾ ਆ ਸਿਹਤ ਦਾ ਆ ਖੇਡਾਂ ਦਾ ਆ ਜੋ ਵੀ ਹੋਇਆ ਉਹ ਕੰਮ ਅਸੀਂ ਸਾਰੇ ਸਹਿਮਤੀ ਦੇ ਨਾਲ ਸਰਦਾਰ ਸਰਵਨ ਸਿੰਘ ਧੁੰਦ ਦੀ ਅਗਵਾਈ ਹੇਠ ਉਹਨਾਂ ਦੀ ਪੂਰੀ ਟੀਮ ਬਣ ਕੇ ਪੂਰੇ ਇਸ ਨਗਰ ਦੇ ਕੰਮ ਕਰਾਂਗੇ ਜੀ ਪਾਲਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਜੀ। ਬਿਲਕੁਲ ਕਿੰਨੀ ਕਿ ਤੁਹਾਡੇ ਪਿੰਡ ਦੇ ਵਿੱਚ ਵੋਟ ਹੈ ਔਰ ਕਿਤੇ ਨਾ ਕਿਤੇ ਜ਼ਰੂਰ ਪੜ੍ਹੀ ਲਿਖੀ ਹੈ ਕਿ ਜਿਹੜੀਆਂ ਸਹਿਮਤੀਆਂ ਕਰਦੇ ਹੋ ਰਹੀ ਆ? ਹਾਂਜੀ ਸਾਡੇ ਪਿੰਡ ਦੇ 1100 ਜੀ ਵੋਟ ਵਾ ਜੀ ਸਾਰੇ ਸੂਝਵਾਨ ਸੱਜਣਵਾ ਭੈਣ ਭਰਾ ਸਾਰੇ ਸੂਝਵਾਨ ਵਾ ਜੀ। ਚਲੋ ਸਾਰਾ ਨਗਰ ਪਿਛਲੀ ਵਾਰੀ ਸਹਿਮਤੀ ਨੂੰ ਇਕੱਠ ਹੋ ਗਿਆ ਸੀ ਐਰਕੀ ਵੀ ਸਹਿਮਤੀ ਨੂੰ ਸਾਰੇ ਸਵੀਕਾਰ ਕਰਨ ਦਾ ਸਾਰਾ ਨਗਰ ਇਕੱਠਾ ਹੋ ਗਏ ਅਸੀਂ ਸਹਿਮਤੀ ਕੀਤੀ ਹੈ ਜੀ। ਹਾਂਜੀ ਬਿਲਕੁਲ ਹੋਰ ਵੀ ਸਾਡੇ ਨਾਲ ਲੋਕ ਨੇ ਇਸ ਤਰ੍ਹਾਂ ਦੇਖਦੇ ਹੋ ਜੀ ਸਹਿਮਤੀ ਜਿਵੇਂ ਹੋ ਗਈ ਆ ਔਰ ਸਰਸੰਮਤੀ ਨਾਲ ਤੁਸੀਂ ਸਰਪੰਚ ਵੀ ਚੁਣ ਲਿਆ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਪਿੰਡਾਂ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਤਰੀਕੇ ਨਾਲ? ਅਸੀਂ ਤਾਂ ਬਸ ਵੀ ਨਹੀਂ ਇਹੋ ਸੁਨੇਹਾ ਦੇਣਾ ਚਾਹੁੰਦੇ ਵੀ ਜਿਸ ਤਰ੍ਹਾਂ ਸਾਡੇ ਪਿੰਡ 'ਚ ਸਹਿਮਤੀ ਹੋਈ ਆ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਇਸੇ ਤਰ੍ਹਾਂ ਹੀ ਦੂਜੇ ਪਿੰਡਾਂ 'ਚ ਚਲੋ ਜਿਹੜੇ ਰਹਿੰਦੇ ਆ 10 ਪਿੰਡ ਕਰ ਨੂੰ ਫਿਰਦੇ ਅਸੀਂ ਤਾਂ ਉਹ ਵੀ ਸਹਿਮਤੀ ਕਰ ਲੈਣ ਚੰਗੀ ਗੱਲ ਆ ਅਤੇ ਦੂਜਾ ਕੰਮ ਨਹੀਂ ਚੱਲਿਆ ਇਹਦੇ 'ਚ ਪੈਸੇ ਦਾ ਬੜਾ ਜ਼ਿਆਦਾ ਇਲੈਕਸ਼ਨ ਹੁੰਦਾ ਇੱਕ ਇੱਕ ਵੋਟ ਦਾ ਕੋਈ 5000 ਮੰਗੀ ਜਾਂਦਾ ਕੋਈ 10000 ਮੰਗੀ ਜਾਂਦਾ ਕੋਈ ਆਉਂਦਾ ਮੇਰੀ ਮੱਛੀ ਮੋਟਰ ਪਾ ਦਿਓ ਕੋਈ ਕੁਛ ਉਹ ਜਾੜਾ ਪਹਿਲਾਂ ਸਰਪੰਚ ਦਾ ਹੋ ਜਾਂਦਾ ਉਹ ਮੁੜ ਕੇ ਪੂਰੇ ਕਰਨੇ ਪੈਂਦਾ ਤਾਂ ਫਿਰ ਪਿੰਡ ਦਾ ਵਿਕਾਸ ਨਹੀਂ ਹੁੰਦਾ। ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਜੀ ਉਹਨਾਂ ਨੇ ਜਿਵੇਂ ਦੱਸਿਆ ਕਿ ਕਈਆਂ ਪਿੰਡਾਂ ਦੇ ਵਿੱਚ ਕੀ ਆ ਬੋਲੀਆਂ ਵੀ ਲੱਗ ਜਾਂਦੀਆਂ ਨੇ ਹੁਣ ਤੁਹਾਡੇ ਪਿੰਡ 'ਚ ਸਹਿਮਤੀ ਹੋ ਗਈ ਆ ਕਿਸ ਤਰ੍ਹਾਂ ਦੇਖਦੇ ਹੋ ਜੀ? ਅਸੀਂ ਕਹਿੰਦੇ ਸਾਡੇ ਪਿੰਡ ਬਹੁਤ ਵਧੀਆ ਹੋਇਆ ਜੀ ਸਹਿਮਤੀ ਹੋ ਗਈ ਹੈ ਜੀ ਬਗੈਰ ਖਰਚੇ ਤੋਂ ਸਰਪੰਚ ਸਾਹਿਬ ਬਣੇ ਅਤੇ ਸਰਵਨ ਸਿੰਘ ਧੁਰ ਵੀ ਦੇਣਾ ਹੈ ਜਿਹੜਾ ਬਗੈਰ ਖਰਚੇ ਤੋਂ ਸਰਪੰਚ ਬਣਾਇਆ। ਬਿਲਕੁਲ ਤੁਸੀਂ ਬਜ਼ੁਰਗੋ ਕਾਫੀ ਇਲੈਕਸ਼ਨਾਂ ਵੀ ਹੰਡਾਈਆਂ ਹੋਣੀਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਲੈਕਸ਼ਨਾਂ ਦੇ ਵਿੱਚ ਖਰਚਾ ਵਾਕਈ ਬਹੁਤ ਹੁੰਦਾ ਕਿਤੇ ਨਾ ਕਿਤੇ ਤੁਹਾਡੇ ਪਿੰਡ 'ਚ ਸਹਿਮਤੀ ਹੋਈ ਹੈ ਕਿਹੜੇ ਕੰਮ ਨੇ ਜਿਹੜੇ ਰਹਿ ਗਏ ਨੇ ਉਹ ਹੋਣਗੇ ਹੁਣ ਤੁਹਾਨੂੰ ਲੱਗਦਾ? ਸਕੂਲ ਦਾ ਕੰਮ ਹੈਗਾ ਜੀ ਕੰਮ ਦੂਜੇ ਜਿਹੜੀਆਂ ਗਲੀਆਂ ਪੂਲੀਆਂ ਨਾਲੀਆਂ ਨੂਲੀਆਂ ਵਿੱਚ ਰਹਿੰਦੀਆਂ ਉਹ ਵੀ ਬਣ ਜਾਣਗੀਆਂ। ਬਿਲਕੁਲ ਜਿਹੜੇ ਜਿਵੇਂ ਖਰਚੇ ਹੁੰਦੇ ਆ ਪਿੰਡਾਂ ਦੇ ਵਿੱਚ ਲਗਾਤਾਰ ਇੱਧਰ ਕੋਈ ਆਵਾਜਾਈ ਚੱਲ ਰਹੀ ਹੁੰਦੀ ਆ ਔਰ ਕਿਤੇ ਨਾ ਕਿਤੇ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਹੁਣ ਜਿਵੇਂ ਆਪਾਂ ਤਸਵੀਰਾਂ ਦੇਖੀਆਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਹੁਤ ਚੰਗਾ ਹੋਇਆ ਜੀ ਇਹ ਬਹੁਤ ਹੀ ਚੰਗਾ ਹੋਇਆ ਇਹ ਪਹਿਲੇ
तो अपने एम एल ए साहब या सरकार अं तो आखेंगे जिन्होंने इन जा रही सर्वसमतियां मान लो जे झगड़े होंगे आ जे शराबा पीने दारू चलने झगड़े तुम पता होंगे झगड़िया कई बार बहुत नुकसान भी हो जाते कई नुकसान वे वे हो जाते जे फिर बाद भुगतने जे बहुत औखे हो जाते ये बहुत सोहना होया बड़े खुश हाँ बिल्कुल जे गल करनी है तो सरपंच ने पहला निकलदा सर कहता कि साढ़े पिंड का स्कूल है जिहड़ा अं एम एल ए साहब नूं कहांगे कि दसवीं तक करा दिता जाए पहला काम ही इतों स्टार्ट हो गया इतों पता लगता कि फिर कि सर्वसम्मति बिल्कुल वधिया हुई हाँ जी बहुत वधिया हुई जी बहुत बहुत वधिया गल हुई है जी कहिंदे हर एक पिंड च इतना सम्मति होए खर्चे तों बचा हो गया लड़ाइया झगड़े तों बचा हो गया भैण भरा कितने मिलदे वरतदे रहांगे ये सरीके बाजी वधदी आ तो इह तां सारे बहुत वधिया गल हुई समती हुई पिंड दी सारा नगर खुश वा चलो जी अहीं जो भी आप काम रहिंदे ओह करवावांगे पूरे जो भी नगर दे जी बिल्कुल ये पिंड दीआं तस्वीरां ने और दस दिए कि सर्वसम्मति दे नाल सानवा पिंड दे विच जिहड़ी पंचायत चुनी गई है सरपंच चुनिया गया और एक पासे दूसरियां तस्वीरां निकल के सामने आंदियां जिसे 2-2 करोड़ रुपया पिंड दे मुद्दे ते बोली लग जांदी है सरपंच चुनण ते और इन्हां दा कहना है कि जिहड़ियां इह तस्वीरां ने कि जिवें संपत्ति हो गई है संपत्ति दे नाल इह है कि किते ना किते पिंड दे विकास कार्ज जिहड़े ने काम जिहड़े पूरे होणगे जिवें सरपंच साहब ने पहलां ही दस्सता कि साडा स्कूल जिहड़ा 5वीं तक और एम एल ए साहब दे अगे मुद्दा चुकिया कि 10वीं तक कर दित्ता जावे जो कि लड़कियां जिहड़े पिंड दीआं बाहर जांदियां ने पिंड दे विच ही जिहड़ी अपनी सिक्ख्या जिहड़ी है हासिल कर सकन। तरन तरन तों सिद्धार्थ अरोड़ा न्यूज़ 18।